ਗੁਰਮਖ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਕੁਝ ਬੇਨਤੀਆਂ ਖਾਸ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਤਗੁਰੂ ਕਿਰਪਾ ਕਰਨ ਮੇਰਾ ਕਰਨ ਗੁਰਮਖੋ ਜਿਵੇਂ ਕਿ ਕਨੇਡਾ ਅਮਰੀਕਾ ਦੀ ਪੀਆਰ ਅਮਰਤਪਾਲ ਦਾ ਵੱਡਾ ਪਲਾਨ ਹੈ ਕਿ ਪੰਜਾਬੀ ਸਿੱਖਾਂ ਲਈ ਇਹ ਖੁਸ਼ਖਬਰੀ ਹੈ ਜੇ ਜ਼ਾਫਿਰ ਇੱਕ ਨਮੂਸ਼ੀ ਦਾ ਸਾਧਨ ਹੈ ਸੋ ਮੈਂ ਕੁਝ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਮਖੋ ਸਾਰੇ ਜਣੇ ਫਤਿਹ ਬਲਾਓ ਆਰੰਭਤਾ ਕਰੀਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਮਰਤਪਾਲ ਸਿੰਘ ਹੁਣਾਂ ਦੀ ਜੇ ਗੱਲ ਕਰੀਏ ਤਾਂ ਅਮਰਤਪਾਲ ਸਿੰਘ ਹੋਰੀ ਅੱਜ ਵੱਡੀ ਗੜੀਆ ਗੱਲਬਾਤ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਮਰਤਪਾਲ ਸਿੰਘ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਅਮਰਤਪਾਲ ਸਿੰਘ ਅੱਜ ਜੇ ਗੱਲ ਕਰੀਏ ਤਾਂ ਅਮਰਤਪਾਲ ਸਿੰਘ ਜਿਹੜੇ ਨੇ ਆਪਣਾ ਕੰਮ ਕਰਦੇ ਜਾ ਰਹੇ ਨੇ ਅੱਜ ਸੋਸ਼ਲ ਮੀਡੀਆ ਤੇ ਇੱਕ ਗੱਲ ਜਿਹੜੀ ਹੈ ਉਹ ਉਡਾ ਦਿੱਤੀ ਗਈ ਹੈ ਹੁਣ ਚਾਹੇ ਇਸ ਗੱਲ ਨੂੰ ਉਡਾ ਦਿੱਤੀ ਆਖਿਆ ਜਾਵੇ ਚਾਹੇ ਇਸ ਗੱਲ ਨੂੰ ਕਿਵੇਂ ਮਰਜੀ ਪ੍ਰਚਾਰਿਆ ਜਾਵੇ ਚਾਹੇ ਇਸ ਗੱਲ ਨੂੰ ਕਿਵੇਂ ਮਰਜੀ ਲੈ ਜਾਇਆ ਜਾ ਸਕਦਾ ਹੈ ਪਿਆਰਿਓ ਪਰ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖਿਓ ਜੇ ਅਮਰਤਪਾਲ ਸਿੰਘ ਹੋਰਾਂ ਦਾ ਸਾਥ ਨਾ ਦਿੱਤਾ ਗਿਆ ਅੱਜ ਅਮਰਤਪਾਲ ਸਿੰਘ ਹੋਰਾਂ ਦਾ ਸਾਥ ਨਾ ਦੇਣ ਕਰਕੇ ਸਾਡੇ ਨਾਲ ਬਹੁਤ ਵੱਡੀਆਂ ਜੜੀਆਂ ਨੇ ਅੱਜ ਤਨ ਦੇਹੀਆ ਹੋ ਸਕਦੀਆਂ ਨੇ ਕੌਮ ਨੂੰ ਕੌਣ ਬਚਾਏਗਾ ਕੌਮ ਦੇ ਲਈ ਕੌਣ ਖੜੇਗਾ ਜੇ ਗੱਲ ਕਰਿਓ ਵੀ ਕੌਮ ਨੂੰ ਕੌਣ ਅੱਗੇ ਹੋ ਕੇ ਨਵੀਂ ਸਿਹਤ ਦੇਣ ਦੇ ਲਈ ਤੁਰੇਗਾ ਆਪਾਂ ਕਹਿ ਤਾਂ ਦਿੰਨੇ ਆ ਕੋਈ ਆਏਗਾ ਜੀ ਰੱਬ ਦਾ ਪਿਆਰਾ ਕੋਈ ਆਏਗਾ ਮਾਈਕਾ ਲਾਲ ਤੇ ਗੁਰਮਖੋ ਯਾਦ ਰੱਖਿਓ ਅਸੀਂ ਵੀ ਤੇ ਕੋਈ ਨਾ ਕੋਈ ਕੁਰਬਾਨੀ ਕਰਨੀ ਐ ਅਸੀਂ ਵੀ ਤੇ ਕਿਹੜਾ ਪਿਛੇ ਹੋ ਕੇ ਬੈਠਣਾ ਇਹਦਾ ਜਵਾਬ ਕਿਹਦੇ ਕੋਲ ਐ ਇਹਦਾ ਜਵਾਬ ਕੌਣ ਦੇਗਾ ਇਹਦਾ ਜਵਾਬ ਕੌਣ ਦੇ ਸਕਦਾ ਅਸੀਂ ਤਾਂ ਕੇਵਲ ਆਪਣਾ ਮੂੰਹ ਹਲਾ ਕੇ ਪਾਸੇ ਹੋ ਜਾਂਣਾ ਇਦਾਂ ਥੋੜੀ ਹੁੰਦਾ ਜੀ ਐ ਥੋੜੀ ਹੁੰਦਾ ਜੀ ਇਹ ਸਾਰਾ ਕੁਝ ਹੀ ਹੁੰਦਾ ਜਦੋਂ ਇਨਸਾਨ ਕਰਨ ਤੇ ਆਵੇ ਫਿਰ ਬਹੁਤ ਕੁਝ ਹੀ ਹੁੰਦਾ ਗੁਰਮਖੋ ਇਹ ਬੇਨਤੀ ਮੈਂ ਤਾਂ ਕੀਤੀ ਹੈ ਇਹ ਬੇਨਤੀ ਮੈਂ ਤਾਂ ਕਰਨ ਲੱਗਿਆ ਪਿਆਰਿਓ ਸਾਨੂੰ ਅੱਜ ਇੰਨੀ ਕੁ ਜ਼ਿਆਦਾ ਸਮਝ ਹੋਵੇ ਸਾਨੂੰ ਅੱਜ ਇੰਨਾ ਕੁ ਜ਼ਿਆਦਾ ਪਤਾ ਹੋਵੇ ਕਿ ਪਿਆਰਿਓ ਅੱਜ ਸਾਡੇ ਵਿਚਾਰ ਇਹ ਜ਼ਿਆਦਾ ਗੱਲਬਾਤ ਹੋਵੇ ਕਿ ਆਖਰ ਦੇ ਵਿੱਚ ਸਾਨੂੰ ਪਤਾ ਹੋਵੇ ਕਿ ਅਮਰਤਪਾਲ ਸਿੰਘ ਕੀ ਨੇ ਅੱਜ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਅਮਰ ਜਿਹੜੇ ਨੇ ਅਮਰ ਸੰਚਾਰ ਨੂੰ ਲੈ ਕੇ ਸਵਾਲ ਚੁੱਕੇ ਤਾਂ ਉਹਨਾਂ ਨੇ ਅਮਰਤਪਾਨ ਵੀ ਕਰ ਲਿਆ ਅਮਰਤਪਾਲ ਦੇ ਉੱਪਰ ਜੇ ਏਜੰਸੀਆਂ ਨੂੰ ਲੈ ਕੇ ਗੱਲ ਚੁੱਕੀ ਤਾਂ ਉਹ ਵੀ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਤੇ ਅਮਰਤਪਾਲ ਨੇ ਹਰ ਪੱਖੋਂ ਆਪਣੇ ਜਵਾਬ ਦੇਹੀ ਨੂੰ ਕਰਕੇ ਰੱਖਿਆ ਪਰ ਲੋਕਾਂ ਨੇ ਅਜੇ ਵੀ ਨਹੀਂ ਦੱਸਿਆ ਹੁਣ ਨਵੀਂ ਮੁੱਦਾ ਛੇੜਤਾ ਕਹਿੰਦੇ ਜੀ ਕੈਨੇਡਾ ਅਮਰੀਕਾ ਦੀ ਪੀਆਰ ਦਬਾਊਗਾ ਜੀ ਅਮਰਤਪਾਲ ਸਿੰਘ ਦਾ ਵੱਡਾ ਪਲਾਨ ਹੈ ਜੀ ਪੰਜਾਬੀ ਸਿੱਖਾਂ ਲਈ ਖੁਸ਼ਖਬਰੀ ਹੈ ਮੈਂ ਬੇਨਤੀ ਕਰੂੰਗਾ ਅਮਰਤਪਾਲ ਸਿੰਘ ਕੌਮ ਦੇ ਕਾਰਜ ਸਵਾਰਨ ਵਾਸਤੇ ਨੇ ਅਮਰਤਪਾਲ ਸਿੰਘ ਕੌਮ ਦੇ ਲਈ ਆਏ ਨੇ ਕੌਮ ਦੇ ਕੁਝ ਹੱਕਾਂ ਦੇ ਲਈ ਆਏ ਨੇ ਇੱਥੋਂ ਪੰਜਾਬੀਆਂ ਨੂੰ ਬਾਹਰ ਕੱਢਣ ਦੇ ਲਈ ਨਹੀਂ ਇੱਥੇ ਕੋਈ ਜਿਹੜੀ ਹੈ ਪੰਜਾਬੀਆਂ ਦੇ ਲਈ ਹੈਲਪ ਹੋ ਰਹੀ ਹੈ ਪਰ ਇਥੋਂ ਵਿਦੇਸ਼ ਨਹੀਂ ਪਹੁੰਚਾਇਆ ਜਾ ਰਿਹਾ ਵੀ ਉਹਨਾਂ ਨੂੰ ਪੀ ਆਰ ਦਵਾਈ ਜਾ ਰਹੀ ਹੈ ਇਦਾਂ ਤਾਂ ਲਾਲਚ ਕਰਕੇ ਕੋਈ ਵੀ ਅਮਰਤਪਾਲ ਨਾਲ ਜੁੜ ਜੂਗਾ ਜੇ ਇਦਾਂ ਹੀ ਸੱਚ ਹੋ ਜਾਏ ਜੇ ਇਦਾਂ ਹੀ ਸਾਰਾ ਕੁਝ ਚੱਲਣ ਲੱਗ ਜਾਏ ਇਦਾਂ ਤੇ ਅਮਰਤਪਾਲ ਸਿੰਘ ਨਾਲ ਅਨੇਕਾਂ ਹੀ ਲੋਕ ਜੁੜ ਜਾਣਗੇ ਇਦਾਂ ਤੇ ਅਮਰਤਪਾਲ ਦਾ ਪ੍ਰਚਾਰ ਹੀ ਬਹੁਤ ਹੋ ਜਾਊਗਾ ਚਰਚਾ ਹੀ ਬਹੁਤ ਹੋ ਜਾਊਗਾ ਇਹਨੂੰ ਕੌਣ ਸਮਝ ਸਕਦਾ ਹੈ ਇਹਨੂੰ ਉਹ ਲੋਕ ਸਮਝ ਸਕਦੇ ਨੇ ਇਹਨੂੰ ਉਹ ਲੋਕ ਜਾਣ ਸਕਦੇ ਨੇ ਕਿ ਪਿਆਰਿਓ ਜਿਹੜੇ ਲੋਕ ਅਮਰਤਪਾਲ ਸਿੰਘ ਹੋਰਾਂ ਦੀ ਸਪੋਰਟ ਵਿੱਚ ਖੜਨਗੇ ਤੇ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਚੱਲਣਗੇ ਅਮਰਤਪਾਲ ਸਿੰਘ ਹੋਣੀ ਕੋਈ ਮਸਲਾ ਨਹੀਂ ਅਮਰਤਪਾਲ ਦੇ ਨਾਮ ਦੀ ਸ਼ੋਵੀ ਨੂੰ ਖਰਾਬ ਕਰਨਾ ਹੀ ਇੱਕ ਮੁੱਦਾ ਬਣਿਆ ਹੋਇਆ ਹੈ ਅਮਰਤਪਾਲ ਨੂੰ ਕਿੱਦਾਂ ਬਦਨਾਮ ਕਰਨਾ ਇਹ ਮੁੱਦਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਇਹ ਗੱਲ ਪ੍ਰਚਾਰ ਦਿੱਤੀ ਕਿ ਅਮਰਤਪਾਲ ਸਿੱਖਾਂ ਦੇ ਲਈ ਸਪੈਸ਼ਲ ਸਿੱਖਾਂ ਦੇ ਲਈ ਕਨੇਜੀ ਉਹ ਪੀਆਰ ਦਾ ਪ੍ਰਬੰਧ ਕਰ ਰਿਹਾ ਇਹਦਾ ਮਤਲਬ ਵੀ ਸੈਂਟਰ ਗਵਰਨਮੈਂਟ ਸੂਬਾ ਗਵਰਨਮੈਂਟ ਦੀ ਨਿਗਾਹ ਦੇ ਵਿੱਚ ਉਹਨੂੰ ਇੱਕ ਅਤਵਾਦੀ ਬਣਾ ਦਿਓ ਕੇਜੀਏ ਪੜਖਾਉ ਪ੍ਰਚਾਰ ਕਰਦਾ ਆ ਕੇਜੀ ਇਹ ਲੋਕਾਂ ਨੂੰ ਇਥੋਂ ਬਾਹਰ ਲਜਾਂਦਾ ਆ ਇਲੀਗਲ ਤਰੀਕੇ ਨਾਲ ਮਦਦ ਕਰਦਾ ਅਜਿਹਾ ਕੋਈ ਕੇਸ ਪਵਾਓ ਅਜਿਹੇ ਕੇਸ ਦੇ ਵਿੱਚ ਇਹਨੂੰ ਅਲਝਾ ਕੇ ਇੱਥੇ ਸੁੱਟ ਦਿਓ ਰੱਖ ਦਿਓ ਇਹ ਚੀਜ਼ਾਂ ਕਰਨ ਦੇ ਲਈ ਉਤਾਵਲੇ ਹੋਏ ਪਏ ਨੇ ਲੋਕ ਅਮਰਤਪਾਲ ਦੇ ਨਾਮ ਦੀ ਸ਼ੋਵੀ ਨੂੰ ਖਰਾਬ ਕਰਨਾ ਇਹਨਾਂ ਦਾ ਮਕਸਦ ਹੈ ਅਮਰਤਪਾਲ ਨਾਮ ਦੀ ਸ਼ਵੀ ਨੂੰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਪਿਆਰਿਓ ਇਹ ਬੇਨਤੀ ਮੈਂ ਤਾਂ ਕਰ ਰਿਹਾ ਯਾਦ ਰੱਖਿਓ ਸਾਨੂੰ ਇਹ ਗੱਲ ਜਿਹੜੀ ਹੈ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਪਿਆਰਿਓ ਜੇ ਅੱਜ ਅਮਰਤਪਾਲ ਸਿੰਘ ਹੋਰਾਂ ਦਾ ਨਾਮ ਜਿਹੜਾ ਖਰਾਬ ਹੁੰਦਾ ਹੈ ਨਾ ਤਾਂ ਇਹਦੇ ਨਾਲ ਪੰਥ ਦਾ ਨਾਮ ਵੀ ਕਿਤੇ ਨਾ ਕਿਤੇ ਦਾਗਦਾਰ ਹੋਏਗਾ ਝੂਠੀਆਂ ਖਬਰਾਂ ਝੂਠੀਆਂ ਅਫਵਾਵਾਵਾਂ ਫਲਾ ਕੇ ਕੀ ਸਾਬਤ ਕਰਾਂਗੇ ਜੇ ਕੁਝ ਕੌਮ ਦਾ ਸਬਰ ਰਿਹਾ ਜੇ ਕੁਝ ਕੌਮ ਦਾ ਬਣਨ ਜਾ ਰਿਹਾ ਤੇ ਪਿਆਰਿਓ ਮਤ ਕਰੋ ਅਜੇਹਾ ਅਜੇਹਾ ਨਹੀਂ ਕਰਨਾ ਚਾਹੀਦਾ ਸਾਨੂੰ ਜੇ ਅਜੇਹਾ ਅਸੀਂ ਕਰਾਂਗੇ ਅਸੀਂ ਕੌਮ ਤੇ ਪੰਥ ਦੀ ਪਿੱਠ ਦੇ ਵਿੱਚ ਸ਼ੁਰਾ ਮਾਰਾਂਗੇ ਪੰਥ ਤੇ ਕੌਮ ਦੀ ਪਿੱਠ ਦੇ ਵਿੱਚ ਸ਼ੁਰਾ ਮਾਰਨ ਵਾਲਾ ਕੰਮ ਕਰਾਂਗੇ ਗੁਰਮਖੋ ਇਹ ਕੰਮ ਕਦੇ ਵੀ ਨਾ ਕਰਿਓ ਨਾ ਕਰਿਓ ਬਿਲਕੁਲ ਨਾ ਕਰਿਓ ਗੁਰਮਖੋ ਇਹ ਮੇਰੀ ਗੱਲ ਨੂੰ ਹਮੇਸ਼ਾ ਯਾਦ ਰੱਖਿਆ ਜੀ ਸਿੱਖ ਕੌਮ ਨੂੰ ਪਹਿਲਾਂ ਵੀ ਗਦਾਰਾਂ ਨੇ ਮਾਰਿਆ ਸਿੱਖਾਂ ਦੇ ਵਿੱਚ ਗਦਾਰ ਹੋਏ ਤੇ ਤਾਂ ਹੀ ਸਿੱਖ ਰਾਜ ਸਾਡੇ ਹੱਥੋਂ ਜਾਂਦਾ ਰਿਹਾ ਇਹ ਗੱਲ ਵੀ ਝੂਠ ਨਹੀਂ ਹੈ ਗੁਰਮਖੋ ਸਿੱਖ ਰਾਜ ਜੇ ਗਿਆ ਤਾਂ ਇਨਾ ਹੀ ਝੂਠੇ ਤਖਤਾਂ ਤੇ ਵਾਅਦਿਆਂ ਦੇ ਕਰਕੇ ਗਿਆ ਪਿਆਰਿਓ ਨਹੀਂ ਉੰਜ ਕੋਈ ਬਹੁਤਾ ਵੱਡਾ ਕਾਰਨ ਨਹੀਂ ਹੈ ਇਹ ਗੱਲ ਯਾਦ ਰੱਖਿਆ ਜੀ ਅੱਜ ਕੈਨੇਡਾ ਅਮਰੀਕਾ ਦੀ ਪੀਆਰ ਜੇ ਅਮਰਤਪਾਲ ਦਵਾਰਿਆ ਵੇਖਦੇ ਕਿਉਂ ਹੋ ਜਾਓ ਸਿੱਧੇ ਫਿਰ ਚਲੋ ਫਿਰ ਐਸਐਲ ਦੇ ਵਿੱਚ ਨਿਰਾਪura ਝੂਠ ਹੈ ਜੋ ਪਰੋਸਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਮੇਰੀ ਉਹਨਾਂ ਪ੍ਰਤੀ ਬੇਨਤੀ ਹੈ ਜਿਹੜੇ ਵੀਰ ਭੈਣ ਅਜਿਹਾ ਕੰਮ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਰਪਾ ਕਰਕੇ ਅਜਿਹਾ ਨਾ ਕੀਤਾ ਜਾਵੇ ਅਮਰਤਪਾਲ ਸਿੰਘ ਕੋਈ ਪੀਆਰ ਨਹੀਂ ਦਵਾਰੇ ਇਦਾਂ ਜੇ ਸਭ ਕੁਝ ਹੁੰਦਾ ਹੁੰਦਾ ਨਾ ਤੇ ਭਿੰਡਰਾਂ ਵਾਲੇ ਸੰਤ ਕਾਦੇ ਪੀਆਰ ਲੈ ਕੇ ਜਾਂ ਫਿਰ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਬਹਿ ਜਾਂਦੇ ਜੇ ਇਦਾਂ ਹੀ ਸਾਰੇ ਕੁਝ ਕਰਨੇ ਹੁੰਦੇ ਪਰ ਇਦਾਂ ਉਹਨਾਂ ਨੇ ਨਹੀਂ ਕੀਤਾ ਯਾਦ ਰੱਖਿਓ ਅਸੀਂ ਤਾਂ ਆਪਣੇ ਹਿਸਾਬ ਨਾਲ ਲੱਗੇ ਹੋਏ ਆਂ ਅਸੀਂ ਤਾਂ ਆਪਣੇ ਹਿਸਾਬ ਨਾਲ ਚੱਲ ਰਿਆਂ ਕਦੇ ਉਹ ਕਰ ਲਿਆ ਜੀ ਕਦੇ ਆਹ ਕਰ ਲਿਆ ਸਾਰੀਆਂ ਚੀਜ਼ਾਂ ਅਸੀਂ ਕਰੀ ਜਾ ਰਹਿਆਂ ਗੁਰਮਖੋ ਇਹ ਚੀਜ਼ਾਂ ਬਿਲਕੁਲ ਵੀ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਇਹ ਨਾ ਕਰੀਏ ਸੋ ਪੰਜਾਬੀਆਂ ਲਈ ਖੁਸ਼ਖਬਰੀ ਹੈ ਪੰਜਾਬੀਆਂ ਦੇ ਲਈ ਵੱਡੇ ਪਲਾਨ ਨੇ ਜਿਹੜੇ ਤਿਆਰ ਕੀਤੇ ਗਏ ਨੇ ਚਲੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਖਾਲਸਾ ਦਿਵਸ ਜਿਹੜੇ ਨੇ ਉਹ ਮਨਾਏ ਜਾ ਰਹੇ ਨੇ ਖਾਲਸਾ ਪੰਥ ਲਈ ਵੱਡੀਆਂ ਜਿਹੜੀਆਂ ਚੀਜ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬਹੁਤ ਸੋਹਣੀਆਂ ਚੀਜ਼ਾਂ ਨੇ ਗੁਰਮਖੋ ਇਹ ਸਾਰੀਆਂ ਚੀਜ਼ਾਂ ਸਾਨੂੰ ਜੜੀਆਂ ਨੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਕੌਮ ਪ੍ਰਤੀ ਆਪਣੇ ਹੱਕਾਂ ਪ੍ਰਤੀ ਸੁਚੇਤ ਰਹੀਏ ਸਤਿਗੁਰੂ ਸਭ ਦੇ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਪੰਥ ਦੀ ਚੜ੍ਹਦੀ ਕਲਾ ਕਰਨ ਤੇ ਇਸਾਈਆਂ ਦਾ ਮੁੱਦਾ ਕੋਈ ਮੁੱਦਾ ਹੋਵੇ ਜਿੱਥੇ ਆਪਣਿਆਂ ਦਾ ਸਾਥ ਦੇਣ ਦੀ ਜ਼ਰੂਰਤ ਹੁੰਦੀ ਹੈ ਉੱਥੇ ਗੁਰਮਖੋ ਸੱਚ ਨੂੰ ਪਰਵਾਣਿਆ ਜਾਂਦਾ ਜਿੱਥੇ ਬੰਦਾ ਝੂੜ ਦਾ ਸਾਥ ਦੇਣ ਦੇ ਲਈ ਤਿਆਰ ਹੋ ਜਾਏ ਉਥੇ ਯਾਦ ਰੱਖਿਓ ਜਮੀਰਾਂ ਮਰ ਜਾਂਦੀਆਂ ਨੇ ਬਸ ਇੰਨੀਆਂ ਗੱਲਾਂ ਯਾਦ ਰੱਖਿਓ ਸੋ ਇੰਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਜੀ ਸਾਰਿਆਂ ਦਾ ਧੰਨਵਾਦ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ